السلام عليكم ورحمة الله وبركاته. الحمد لله وكفى، والسلام على عباده الذين اصطفى. أما بعد فأعوذ بالله السميع العليم من الشيطان الرجيم. بسم الله الرحمن الرحيم. الذين آمنوا ولم يلبسوا إيمانهم بظلم أولئك لهم الأمن وهم مهتدون. حمد و ثناء لائق اللہ وحدہ لا شریک دی ذات پاک ہے، جو کہ کل کائنات دا خالق و مالک ہے، درود و سلام امام الانبیاء تاجدار مدینہ نبی رحمت شفیع المرسلین امام الکل سید الاولین والآخرین سیدنا محمد الرسول اللہ صلی اللہ علیہ وآلہ وسلم دی ذات گرامی تھی. میریاں انتہائی قابل احترام ماماں بہناں بیٹیاں، انہاں کے مؤدبانہ التماس ہے کہ تہاڈا ادب و احترام اپنی جگہ بجائے، لیکن اللہ دے گھر تو بڑھ کے اور قرآن و حدیث سے تعلیم اور قرآن و حدیث سے آواز تو بڑھ کے احترام نہیں ہو سکتا. اور یہ بھی بات ہے کہ ایک وقت دے اندر ایک خطیب ہی گل کرے تو گل سمجھ آؤں گی. مولانا عمر فاروق صاحب، میں انہوں کی گزارش کراں گا کہ تہانوں پھر کسی ٹائم موقع دے دے، فجر پڑھا کے نا تے مسجد اندر تانوں لین تے مار دین باہر تالے، مولانا عبداللہ انصار صاحب دے کلیے دے مطابق تے پے جنہ مرضی رولا پاؤ، کم از کم 12-1 بجے تک چا لا لو. انج نہ کرو، خدا دا خوف کرو. مولانا چیما صاحب نے التماس کی تھی، مبشر ربانی صاحب حافظہ اللہ بڑے مؤدبانہ طریقے نال تانوں التماس کردے رہے تے تساں اوکے بالکل ہی کم جڑا چوڑ کر چھڑیا، انج نہ کرو. بڑی ہی مؤدبانہ التماس ہے، امن و امان نال بیٹھو. رب دے گھر ثواب لین واسطے آئیاں نے، ثواب لے کے جاؤ. اے نہ ہوئے ثواب اللہ محفوظ رکھے بچائے، عذاب دی شکل اندر تبدیل نہ ہو جائے. خاموش خاموش ہو جاؤ، لگ رہا کنا جی روم لے کے آئی ہیں. سپیکر نہیں چلتے، سپیکر نہیں چلتے، یہ چلتے پے. یا پھر میری جہاں ماوا بھن بہت گالیاں نے تھلے آ جانا، اسی بہ جانے سامنے سنانا شروع کر دیں، پھر کام دیکھ ہی وہ اللہ دا واسطہ چپ کر جاؤ کی توبہ چ کرو.
ਨਹੀਂ ਤੌਬਾ ਦੇ ਫਿਰ ਇੰਨੀ ਜਲਦੀ ਅਸੀਂ ਵੀ ਨਹੀਂ ਕਰਦੇ ਜੇ ਅਸੀਂ ਕਰ ਲਈਏ ਡਾਕਟਰਾਂ ਨੇ ਮਰੀਜ਼ ਨੂੰ ਵੇਖ ਕੇ ਮੂੰਹ ਛੁਪਾ ਲਿਆ ਤੇ ਫਿਰ ਗੱਲ ਕਾਹਦੀ ਆ ਬਾਬੇ ਨੂਰ ਨੂੰ ਉੱਤੇ ਭੇਜ ਦਈਏ ਫਿਰ ਇਹੀ ਹੋ ਸਕਦਾ ਬਾਈ ਤਵੱਜੋ ਮੇਰੀ ਤਰਫ਼ ਧਿਆਨ ਮੇਰੀ ਤਰਫ਼ ਮਾਸ਼ਾਅੱਲਾ ਮੇਰੇ ਤੋਂ ਕਬਲ ਮੁਫਤੀ ਜਮਾਤ ਹਜ਼ਰਤ ਸ਼ੇਖ ਮੁਬਸ਼ਰ ਰਵਾਨੀ ਸਾਹਿਬ ਬੜੀ ਹੀ ਜਾਨਦਾਰ ਮੁਦੱਲਲ ਗੁਫ਼ਤਗੂ ਫਰਮਾ ਰਹੇ ਸਨ ਔਰ ਉਹਨਾਂ ਤੋਂ ਬਾਅਦ ਮੌਲਾਨਾ ਸਦੀਕੀ ਸਾਹਿਬ ਹਾਫਿਜ਼ਹੁਲਲਾਹ ਤਾਲਾ ਨੇ ਬਹਾਰ ਲਗਾ ਦਿੱਤੀ ਅੱਲਾ ਪਾਕ ਜ਼ਿੰਦਗੀ ਦੇ ਅੰਦਰ ਜ਼ੋਰ ਬਿਆਨ ਦੇ ਅੰਦਰ ਅੱਲਾ ਪਾਕ ਕੁਵਤ ਦੇ ਅੰਦਰ ਅਮਲ ਦੇ ਅੰਦਰ ਇਲਮ ਦੇ ਅੰਦਰ ਬਹੁਤ ਸਾਰੀਆਂ ਬਰਕਤਾਂ ਨਾਜ਼ਿਲ ਫਰਮਾਏ ਔਰ ਮੇਰੇ ਤੋਂ ਬਾਅਦ ਇਨਸ਼ਾਅੱਲਾਹੁ ਅਜ਼ੀਜ਼ ਮੇਰੀ ਜਮਾਤ ਦੇ ਅਜ਼ੀਮ ਔਰ ਨਿਰਾਲੇ ਖਦੀਬ ਦਿਲ ਨਸ਼ੀਨ ਖਦੀਬ ਤੁਹਾਡੇ ਔਰ ਮੇਰੇ ਮਹਬੂਬ ਖਦੀਬ ਮੁਹਤਰਮ ਉਲ ਮਕਾਮ ਹਜ਼ਰਤ ਮੌਲਾਨਾ ਕਾਰੀ ਮੁਹੰਮਦ ਇਸਮਾਇਲ ਅਦੀਕ ਸਾਹਿਬ ਤਸ਼ਰੀਫ ਫਰਮਾਣੇ ਇਨਸ਼ਾਅੱਲਾ ਬੜਾ ਹੀ ਜਾਨਦਾਰ ਖਿਤਾਬ ਫਰਮਾਣਗੇ ਮੈਂ ਵਾਰ ਵਾਰ ਆਪਣੀਆਂ ਭਾਈਆਂ ਅੱਗੇ ਇਲਤਮਾਸ ਕਰ ਰਿਹਾ ਸਾਂ ਕਿ ਗੁਜ਼ਸ਼ਤਾ ਸਾਲਾਂ ਦੀ ਤਰ੍ਹਾਂ ਆਦਰੀ ਹੋ ਜਾਂਦੀ ਹੈ ਅਤੇ ਆਦਰੀ 'ਤੇ ਇਤਫਾਕ ਕਰ ਲਿਆ ਜਾਏ ਲੇਕਿਨ ਇਹਨਾਂ ਨੇ ਆਖਿਆ ਕਿ ਕੁਝ ਨਾ ਕੁਝ ਇਸ ਕਾਰੇ ਖੈਰ ਦੇ ਅੰਦਰ ਹਿੱਸਾ ਪਾਉਣਾ ਪੈਣਾ ਤੋ ਬਾਹਰ ਕੈਫ ਅਗਰਚੇ ਮੈਂ ਇਰਾਦਾ ਕੁਛ ਔਰ ਲੈ ਕੇ ਆਇਆ ਲੇਕਿਨ ਹਜ਼ਰਤ ਰਬਾਨੀ ਸਾਹਿਬ ਆਪਣੇ ਖਿਤਾਬ ਦੇ ਅੰਦਰ ਇੱਕ ਬਾਤ ਕਰ ਰਹੇ ਸਨ ਕਲਿਮਾ ਗੋ ਮੁਸ਼ਰਕ ਦੇ ਬਾਰੇ ਔਰ ਉਹਨਾਂ ਨੇ ਮਾਸ਼ਾਅੱਲਾ ਇੱਕ ਕਿਤਾਬ ਵੀ ਲਿਖੀ ਹੈ ਕਲਿਮਾ ਗੋ ਮੁਸ਼ਰਕ ਦੇ ਉਨਵਾਨ ਤੇ ਜੋ ਬੜੀ ਹੀ ਮੁਫੀਦ ਹੈ ਅੱਲਾ ਪਾਕ ਉਹਨਾਂ ਦੀ ਜ਼ਿੰਦਗੀ ਦਰਾਜ਼ ਫਰਮਾਏ ਬਾਹਰ ਕੈਫ ਇਹ ਬਾਤ ਪੇਸ਼ ਕਰ ਰਹੇ ਸਨ ਸ਼ਹੀਦ ਬੁਖਾਰੀ ਦੀ ਹਦੀਸ ਦੀ ਰੋਸ਼ਨੀ ਦੇ ਅੰਦਰ ਕਿ ਨਬੀ ਰਹਿਮਤ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਤੁਸੀਂ ਲੋਕ ਸ਼ਿਰਕ ਤੇ ਜਮ੍ਹਾਂ ਨਹੀਂ ਹੋ ਸਕਦੇ ਬਾਅਦ ਲੋਕਾਂ ਨੇ ਮੁਗਾਲਤੇ ਦਾ ਸ਼ਿਕਾਰ ਹੋ ਕੇ ਇਹਦੇ ਤੋਂ ਗਲਤ ਮਫਹੂਮ ਅਖਦ ਕੀਤਾ ਕਿ ਪੂਰੀ ਉਮਤ ਦੇ ਬਾਰੇ ਇਹ ਹੁਕਮ ਹੈ ਜਿਸ ਤਰ੍ਹਾਂ ਵਜ਼ਾਹਤ ਕਰ ਰਹੇ ਸਨ ਕਿ ਇਹਦੇ ਅੰਦਰ ਉਮਤ ਮੁਹੰਮਦੀਆ ਦਾ ਪੂਰੀ ਉਮਤ ਦਾ ਮਸਲਾ ਨਹੀਂ ਬਲਕਿ ਮਸਲਾ ਫਕਤ ਸਿਹਾਬਾ ਦਾ ਹੈ ਕਿ ਨਬੀ ਪਾਕ ਦੇ ਸਿਹਾਬਾ ਸ਼ਿਰਕ ਦੇ ਖਿਲਾਫ ਔਰ ਸਾਡਾ ਇਹ ਅਕੀਦਾ ਹੈ ਔਰ ਅੱਲਾ ਪਾਕ ਦੇ ਫਜ਼ਲ ਰਹਿਮਤ ਦੇ ਨਾਲ ਦਲਾਇਲ ਮੌਜੂਦ ਨੇ ਐਸੀਆਂ ਸੀਰਤ ਦੀਆਂ ਕਿਤਾਬਾਂ ਵੀ ਸਨਦ ਦੇ ਨਾਲ ਮੌਜੂਦ ਨੇ ਜਿਨ੍ਹਾਂ ਤੋਂ ਕੋਈ ਮਾਈ ਦਲਾਲ ਇਹ ਬਾਤ ਸਾਬਤ ਨਹੀਂ ਕਰ ਸਕਦਾ ਕਿ ਕਿਸੇ ਵੀ ਸਿਹਾਬੀ ਨੇ ਅਲਾ ਯਾਸ ਬਿੱਲਾ ਸ਼ਿਰਕ ਦਾ ਇੰਤਖਾਬ ਕੀਤਾ ਹੋਵੇ ਇਹਦਾ ਇਹ ਨਹੀਂ ਮਤਲਬ ਕਿ ਜੇ ਸਿਹਾਬਾ ਸ਼ਿਰਕ ਨਹੀਂ ਸਨ ਕਰਦੇ ਤੇ ਲਿਆਦਾ ਫਿਰ ਪੂਰੀ ਉਮਤ ਵਾਸਤੇ ਇਹ ਹੁਕਮ ਹੈ ਇਹ ਬਾਤ ਗਲਤ ਹੈ ਤੁਸੀਂ ਸਿਹਾਬਾ ਦੀ ਤਾਰੀਖ ਉਹਨਾਂ ਦੀ ਸੀਰਤ ਦਾ ਮੁਤਾਲਾ ਕਰਕੇ ਦੇਖ ਲਓ ਕੋਈ ਸਿਹਾਬੀ ਐਸਾ ਨਹੀਂ ਜੋ ਬੇਨਮਾਜ਼ ਹੋਵੇ ਕੋਈ ਸਿਹਾਬੀ ਐਸਾ ਤੁਸੀਂ ਵੀ ਪੜ੍ਹਦੇ ਹੋ ਨਾ ਮਾਸ਼ਾਅੱਲਾ ਵੇਖਿਆ ਜੇ ਪੜ੍ਹਦੇ ਹੋ ਨਾ ਅੱਲਾ ਸਭ ਨੂੰ ਤੌਫੀਕ ਨਸੀਬ ਫਰਮਾਏ ਕੋਈ ਸਿਹਾਬੀ ਐਸਾ ਨਹੀਂ ਜਿਹੜਾ ਬੇਨਮਾਜ਼ ਹੋਏ ਤੇ ਹੁਣ ਇਸ ਉਮਤ ਦੇ ਅੰਦਰ ਨਮਾਜ਼ੀ ਬਹੁਤੇ ਨੇ ਕਿ ਬੇਨਮਾਜ਼ੀ ਔਰ ਇਨਸਾਫ ਨਾਲ ਜਵਾਬ ਦਿਓ ਯਾਰ ਹੈ ਆਪਣੇ ਮਸਲਕ ਦੀ ਰਿਆਇਤ ਨਾ ਕਰਿਆ ਜੇ ਗੱਲ ਸਿੱਧੀ ਹੈ ਜੇ ਸਿਹਾਬਾ ਦੇ ਅੰਦਰ ਕੋਈ ਬੇਨਮਾਜ਼ ਨਹੀਂ ਤੇ ਅੱਜ ਉਮਤ ਮੁਹੰਮਦੀਆ ਦਾ ਫਰਦ ਗਿਲਵਾਣੇ ਵਾਲਾ ਬੇਨਮਾਜ਼ੀ ਬਣ ਜਾਏ ਤਾਂ ਫਿਰ ਮਸਲਾ ਕੀ ਅਖਰ ਹੋਇਆ ਕਿ ਮੇਰੇ ਪਾਕ ਮੁਹੰਮਦ ਦੇ ਸਿਹਾਬਾ ਕੁੱਲਹੁਮ ਆਦਿਲ ਸਨ ਬਾ ਅਮਲ ਸਨ ਬਾ ਕਿਰਦਾਰ ਸਨ ਮਾਮਲਾਤ ਦੇ ਸੁੱਚੇ ਸਨ ਅਖਲਾਕੀਆਤ ਦੇ ਬਿਹਤਰ ਸਨ ਇਹ ਖਰਾਬੀਆਂ ਬਾਅਦ ਅੰਦਰ ਚੱਲ ਨਿਕਲੀਆਂ ਨੇ ਔਰ ਜਿਵੇਂ ਜਿਵੇਂ ਜ਼ਮਾਨਾ ਨਬੂਵਤ ਤੋਂ ਦੂਰ ਜਾ ਰਿਹਾ ਨਾ ਇਵੇਂ ਇਵੇਂ ਗੁਮਰਾਹੀ ਬਣਦੀ ਜਾ ਰਹੀ ਹੈ ਨਬੀ ਪਾਕ ਨੇ ਸਿਹਾਬਾ ਨੂੰ ਬਤੌਰੇ ਮਿਆਰ ਐਵੇਂ ਪੇਸ਼ ਨਹੀਂ ਕੀਤਾ ਪਿਆਰੇ ਨਬੀ ਦੀ ਹਦੀਸ ਮਾਰੂਫ ਹੈ ਔਰ ਮਸਲਕ ਆਲੇ ਹਦੀਸ ਦੀ ਜਾਨ ਹੈ ਰੱਬ ਦੇ ਫਜ਼ਲ ਨਾਲ ਜ਼ਰਾ ਗੌਰ ਕਰ ਰਹਾ ਨਬੀ ਰਹਿਮਤ ਨੇ ਫਰਮਾਇਆ ਕਿ ਬਣੀ ਇਸਰਾਇਲ ਦੇ 72 ਫਿਰਕੇ ਬਣ ਗਏ ਕਿੰਨੇ ਫਿਰਕੇ
ਤੇ ਮੇਰੀ ਉਮਰ ਦੇ ਕਿੰਨੇ ਬਣ ਜਾਣਗੇ? ਸੁਣੀਏ ਨਾ ਮਾਸ਼ਾਅੱਲਾ, ਮੇਰੀ ਉਮਰ ਦੇ 73 ਵਿਰਗੇ ਬਣ ਜਾਣਗੇ। ਨਬੀ ਪਾਕ ਨੇ ਫਰਮਾਇਆ ਕੁੱਲੁਹੁਮ ਫਿਰ ਨਾਰੀ, ਸਾਰੇ ਦੇ ਸਾਰੇ ਕੀ ਹੋਣਗੇ? ਅੱਲਾ ਸਾਨੂੰ ਮਹਿਫੂਜ਼ ਰੱਖੇ, ਸਾਰੇ ਦੇ ਸਾਰੇ ਕੀ ਹੋਣਗੇ? ਜਹਨਮੀ ਹੋਣਗੇ। ਇਲਾ ਵਾਇਦਤੁਨ, ਮਗਰ ਇੱਕੋ ਹੀ ਗਿਰੋਹ, ਇੱਕੋ ਹੀ ਜਮਾਤ ਹੱਕਾ ਹੈ। ਜੋ ਲੋਕ ਇਨ ਗੁਮਰਾਹ ਫਿਰਕਿਆਂ ਦੇ ਅੰਦਰ ਸ਼ਾਮਿਲ ਨਹੀਂ ਹੋਏਗੀ, ਉਹ ਜਮਾਤ ਕਿਹੜੀ ਹੈ, ਕਿਸ ਰਾਸਤੇ ਤੇ ਚੱਲਣੇ ਵਾਲੀ ਹੈ? ਨਬੀ ਪਾਕ ਨੇ ਮਿਆਰ ਮੁਕਰਰ ਕੀਤਾ, ਜ਼ਰਾ ਗੌਰ ਫਰਮਾਣਾ। امام کائنات صلی اللہ علیہ وسلم نے فرمایا، آپ نے فرمایا ما انا علیہ واصحابی، ما انا علیہ واصحابی، آپ نے فرمایا جڑا بندہ میرے طریقے دے چل نکلیا، اجڑے بندے نے میرے جیسا عقیدہ بنا لیا، اجس بندے نے میرے صحابہ جیسا عقیدہ بنا لیا، اجن نے سیدنا ابوبکر صدیق جیسا عقیدہ بنا لیا، سیدنا عمر فاروق جیسا عقیدہ بنا لیا، لوگ عثمان و علی جیسا عقیدہ بنا لیا، طلحہ تے زبیر جیسا عقیدہ بنا لیا، سعد تے سعید جیسا عقیدہ بنا لیا، عبد الرحمن بن عوف جیسا عقیدہ بنا لیا۔ آپ نے فرمایا ما انا علیہ واصحابی، نجات یافتہ لوگ نے جڑے میرے طریقے تے چلتے جا رہے نے، اور میرے صحابہ دے طریقے تے چلتے جا رہے نے۔ ہن آئیے ذرا غور کرتے جانا، بات بالکل پکی ہو چکی ہے، کسے صحابی نے شرک کیتا؟ گج کے بولو، کسے صحابی نے شرک کیتا؟ صحابہ دے شرک دا گلا گما کرتے رہے نے، کسے صحابی نے بدعت نہیں کیتیاں؟ کسے صحابی نے بے حیائیاں تے ارتکاب نہیں کیتا؟ کسے صحابی نے جناب علی گناہاں تے اشرار نہیں جے کیتا؟ ذرا غور کرتے جانا، کسے صحابی نے فردی نمازاں نہیں جے چھوڑیاں؟ کسے صحابی نے فردی روزے نہیں جے چھوڑے؟ اج اللہ پاک دے فضل و رحمت دے نال حدیث تقسیم کرتا جا رہا ہے، اور اللہ دے فضل نال پورے ملک دے اندر بلکہ پوری دنیا دے اندر اور اے بات علل اعلان اس بات دا اظہار کرتا جا رہا ہے، اور میرے پاک محمد دے صحابہ کلہم عادل سن، اور کوئی صحابی مشرک نہیں سی، اور جویں جویں نبوت تو زمانہ دور جاندا جا رہا ہے، اور ایویں ایویں بدعملیاں بڑھدیاں جا رہی ہیں، اور کدے بے حیائیاں دے سیلاب چلتے جا رہے ہیں، اور کدے بے نمازی لوگ بڑھتے جا رہے ہیں، اور کدے جناب علی بد کرداریاں بڑھدیاں جا رہی ہیں، اور کدے معاشرے بے روی دا جناب علی ذرا غور کرتے جانا شکار ہوتا جا رہا ہے۔ اور یہ بات میں عرض کرنی چاہنا وا، امام کائنات صلی اللہ علیہ وسلم دی فرمائیں دی روشنی دے اندر، رب دے قرآن دی روشنی دے اندر اے بات بالکل غلط ہے جو تصور پیش کیتا جا رہا ہے نا، کہ مشرکین عرب تد مشرک سن، او تے جناب علی بتاں نوں پکارتے سن، او تے مٹی دیاں مورتیاں نوں پکارتے سن، او تے مجسمیاں دی پوجا کرتے سن، تے اسی دے نیک لوکاں نوں پکارنے آ اے مشرکین مکہ تد مشرک سن، او جناب علی اللہ دی سخت انکاری سن، اے تصور پیش کیتا جا رہا ہے۔ اس گل نو یاد رکھنا، مشرکین عرب اللہ پاک نو خالق وی مندے سن، اللہ پاک نو مالک وی، گج کے بولو، اللہ پاک نو خالق وی، اللہ پاک نو مالک وی مندے سن، رازق وی مندے سن۔ آئیے ذرا غور کرتے جانا، میں اپنے کولوں باتاں نہیں کہ پیش کرتا جا رہا، اللہ پاک نے فرمایا سونیا حبیبا اعلان کر کے کہہ دے، کل میں یار سکتوں من السماء والارض عمن يملك السمع والبصر ومن يخرج الحي من الميت ويخرج الميت من الحي ومن يدبر الامر فسيقولون الله پاک نے فرمایا سونیا محبوبا انہوں سوال کرتا جانا،
ابوجہل نو سوال کی چاہیے میری پیاری حبیبہ خودبند شہبت فرید جیسے امیہ جیسے خبیث گندے مشرکاں نو سوال کی چاہیے کیڑا وے جڑا زمین و آسمان تو روزیاں پہنچانے والا